ਤਿੰਨ ਬੰਦਿਆਂ ਨੇ ਮਿਲ ਕੇ ਬੈਂਕ ਲੁੱਟਣਾ ਸੀ। ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਬੈਂਕ ਲੁੱਟਣ ਦੀ ਫਰਾਕ ਵਿੱਚ ਸੀਗੇ ਆ ਤਿੰਨ ਬੰਦੇ। ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਉਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ। ਇਹਨਾਂ ਦੀ ਚਲਾਕੀ ਨੂੰ ਫੜਿਆ ਗਿਆ ਹੈ ਪੁਲਿਸ ਦੇ ਵੱਲੋਂ। ਇਹ ਤਿੰਨ ਲੁਟੇਰਿਆਂ ਨੇ ਜੋ ਬੈਂਕ ਲੁੱਟਣਾ ਸੀ, ਜਦੋਂ ਇਹ ਕਾਬੂ ਕੀਤੇ ਗਏ ਤਾਂ ਇਹਨਾਂ ਦੇ ਕੋਲੋਂ ਕੀ ਕੁਝ ਮਿਲਿਆ ਉਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਉਹ ਸੁਣ ਲੈਣੇ ਕਿ ਪੁਲਿਸ ਦਾ ਕੀ ਕੁਝ ਕਹਿਣਾ। ਮਿਤੀ 1 ਫਰਵਰੀ 2024 ਨੂੰ ਰਜਤ ਸਿੰਗਲਾ ਸਾਨੂੰ ਪ੍ਰਦੀਪ ਸਿੰਗਲਾ ਜੋ ਕਿ ਯੈਸ ਬੈਂਕ ਠੰਡੀ ਸੜਕ ਰੋਡ ਮਲੇਰਕੋਟਲਾ ਦੇ ਕੈਸ਼ੀਅਰ ਨੇ ਉਹਨਾਂ ਨੇ ਇਤਲਾਹ ਦਿੱਤੀ ਕਿ ਉਹਨਾਂ ਦੇ ਕਲਾਇੰਟ ਮੁਹੰਮਦ ਆਰਿਫ ਵੱਲੋਂ ਉਹਨਾਂ ਨਾਲ ਝਗੜਾ ਕੀਤਾ ਗਿਆ ਤੇ ਚਾਬੀਆਂ ਦੀ ਮੰਗ ਕੀਤੀ ਗਈ। ਜਿਹੜਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਮੇਰੇ ਵੱਲੋਂ ਤੇ ਮੇਰੇ ਦੋਨੇ SHO CT1 ਤੇ CT2 ਨੂੰ ਨਾਲ ਲੈ ਕੇ ਤਫਤੀਸ਼ ਜਦੋਂ ਅਮਲ ਚ ਲਿਆਂਦੀ ਤਾਂ ਅੱਗੇ ਇਨਵੈਸਟੀਗੇਸ਼ਨ ਜਾ ਕੇ ਇਹ ਜਿਹੜੀ ਬੈਂਕ ਦੀ ਲੁੱਟ ਨਾਲ ਸੰਬੰਧਿਤ ਨਿਕਲੀ। ਦੋਸ਼ੀਆਂ ਵੱਲੋਂ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਸਟਰੋਂਗ ਰੂਮ ਨੂੰ ਜਿਹੜਾ ਤੋੜ ਕੇ ਉਹ ਵਾਰਦਾਤ ਕਰਨ ਦਾ ਅੰਜਾਮ ਦਿੱਤਾ ਗਿਆ ਪਰੰਤੂ ਉਹ ਕਾਮਯਾਬ ਨਹੀਂ ਹੋ ਸਕੇ। ਇਨ੍ਹਾਂ ਚੋਂ ਮੁੱਖ ਦੋਸ਼ੀ ਮੁਹੰਮਦ ਆਰਿਫ ਨਸ਼ੇ ਕਰਨ ਦਾ ਆਦੀ ਹੈ। ਪਹਿਲਾਂ ਵੀ ਇਹਦੇ ਤੇ NDPS ਐਕਟ ਦਾ ਮੁਕਦਮਾ ਦਰਜ ਹੈ। ਉਸ ਨੂੰ ਤੇ ਉਸਦੇ ਵਰਕਰ ਸਤੀਸ਼ ਅਤੇ ਲਵਕੁਸ਼ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਕਣ ਸੱਬਣ ਲੁੱਟਿਆ ਹੋਇਆ DVR ਦਾ ਮਟੀਰੀਅਲ ਮੋਬਾਇਲ ਫੋਨ 1 32 ਬੋਰ ਪਿਸਤੌਲ ਸਮੇਤ 5 ਜਿੰਦਾ ਰੌਂਦ ਅਤੇ 2 ਵਹੀਕਲ 1 ਇਨੋਵਾ ਕਾਰ ਤੇ 2 ਬਲੇਰੋ ਗੱਡੀ ਜਿਹੜੀ ਹੈਗੀ ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਅੱਜ ਮਾਨਯੋਗ ਇਲਾਕਾ ਮੈਜਿਸਟ੍ਰੇਟ ਜੀ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਥੈਂਕ ਯੂ। ਤਿੰਨ ਬੰਦਿਆਂ ਨੇ ਮਿਲ ਕੇ ਬੈਂਕ ਲੁੱਟਣਾ ਸੀ। ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਬੈਂਕ ਲੁੱਟਣ ਦੀ ਫਰਾਕ ਵਿੱਚ ਸੀਗੇ ਆ ਤਿੰਨ ਬੰਦੇ। ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਉਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ। ਇਹਨਾਂ ਦੀ ਚਲਾਕੀ ਨੂੰ ਫੜਿਆ ਗਿਆ ਹੈ ਪੁਲਿਸ ਦੇ ਵੱਲੋਂ। ਇਹ ਤਿੰਨ ਲੁਟੇਰਿਆਂ ਨੇ ਜੋ ਬੈਂਕ ਲੁੱਟਣਾ ਸੀ, ਜਦੋਂ ਇਹ ਕਾਬੂ ਕੀਤੇ ਗਏ ਤਾਂ ਇਹਨਾਂ ਦੇ ਕੋਲੋਂ ਕੀ ਕੁਝ ਮਿਲਿਆ ਉਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਉਹ ਸੁਣ ਲੈਣੇ ਕਿ ਪੁਲਿਸ ਦਾ ਕੀ ਕੁਝ ਕਹਿਣਾ। ਮਿਤੀ 1 ਫਰਵਰੀ 2024 ਨੂੰ ਰਜਤ ਸਿੰਗਲਾ ਸਾਨੂੰ ਪ੍ਰਦੀਪ ਸਿੰਗਲਾ ਜੋ ਕਿ ਯੈਸ ਬੈਂਕ ਠੰਡੀ ਸੜਕ ਰੋਡ ਮਲੇਰਕੋਟਲਾ ਦੇ ਕੈਸ਼ੀਅਰ ਨੇ ਉਹਨਾਂ ਨੇ ਇਤਲਾਹ ਦਿੱਤੀ ਕਿ ਉਹਨਾਂ ਦੇ ਕਲਾਇੰਟ ਮੁਹੰਮਦ ਆਰਿਫ ਵੱਲੋਂ ਉਹਨਾਂ ਨਾਲ ਝਗੜਾ ਕੀਤਾ ਗਿਆ ਤੇ ਚਾਬੀਆਂ ਦੀ ਮੰਗ ਕੀਤੀ ਗਈ। ਜਿਹੜਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਮੇਰੇ ਵੱਲੋਂ ਤੇ ਮੇਰੇ ਦੋਨੇ SHO CT1 ਤੇ CT2 ਨੂੰ ਨਾਲ ਲੈ ਕੇ ਤਫਤੀਸ਼ ਜਦੋਂ ਅਮਲ ਚ ਲਿਆਂਦੀ ਤਾਂ ਅੱਗੇ ਇਨਵੈਸਟੀਗੇਸ਼ਨ ਜਾ ਕੇ ਇਹ ਜਿਹੜੀ ਬੈਂਕ ਦੀ ਲੁੱਟ ਨਾਲ ਸੰਬੰਧਿਤ ਨਿਕਲੀ। ਦੋਸ਼ੀਆਂ ਵੱਲੋਂ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਸਟਰੋਂਗ ਰੂਮ ਨੂੰ ਜਿਹੜਾ ਤੋੜ ਕੇ ਵਾਰਦਾਤ ਕਰਨ ਦਾ ਅੰਜਾਮ ਦਿੱਤਾ ਗਿਆ ਪਰੰਤੂ ਉਹ ਕਾਮਯਾਬ ਨਹੀਂ ਹੋ ਸਕੇ। ਇਨ੍ਹਾਂ ਚੋਂ ਮੁੱਖ ਦੋਸ਼ੀ ਮੁਹੰਮਦ ਆਰਿਫ ਨਸ਼ੇ ਕਰਨ ਦਾ ਆਦੀ ਹੈ। ਪਹਿਲਾਂ ਵੀ ਇਹਦੇ ਤੇ NDPS ਐਕਟ ਦਾ ਮੁਕਦਮਾ ਦਰਜ ਹੈ। ਉਸ ਨੂੰ ਤੇ ਉਸਦੇ ਵਰਕਰ ਸਤੀਸ਼ ਅਤੇ ਲਵਕੁਸ਼ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਕਣ ਸੱਬਣ ਲੁੱਟਿਆ ਹੋਇਆ DVR ਦਾ ਮਟੀਰੀਅਲ ਮੋਬਾਇਲ ਫੋਨ 1 32 ਬੋਰ ਪਿਸਤੌਲ ਸਮੇਤ 5 ਜਿੰਦਾ ਰੌਂਦ ਅਤੇ 2 ਵਹੀਕਲ 1 ਇਨੋਵਾ ਕਾਰ ਤੇ 2 ਬਲੇਰੋ ਗੱਡੀ ਜਿਹੜੀ ਹੈਗੀ ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਅੱਜ ਮਾਨਯੋਗ ਇਲਾਕਾ ਮੈਜਿਸਟ੍ਰੇਟ ਜੀ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਥੈਂਕ ਯੂ।